ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦੀਪ ਸਿੰਘ ਖਾਲਸਾ ਨਿਹੰਗ ਸਿੰਘ ਫੌਜ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਡਾਕਟਰ ਰੰਗਰੇਟਾ ਜਿਹੜਾ ਕਿ ਲੁਧਿਆਣੇ ਤੋਂ ਇੱਕ ਵੀਡੀਓ ਪਾਉਂਦਾ ਹੁੰਦਾ ਆ, ਜਿਹੜਾ ਕਿ ਜੱਟਾਂ ਦੇ ਕਾਫੀ ਬਰਖਲਾਹ ਬੋਲਦਾ ਆ, ਕਾਫੀ ਜੱਟਾਂ ਦੇ ਵਿਰੁੱਧ ਬੋਲਦਾ ਆ, ਉਸ ਦੇ ਉੱਤੇ ਅੱਜ ਲਾਈਵ ਹੋਏ ਆ। ਵੀਡੀਓ ਦੱਬ ਕੇ ਰੱਜ ਕੇ ਸ਼ੇਅਰ ਕਰਿਓ, ਜਿਹੜੀ ਉਸ ਡਾਕਟਰ ਸਾਹਿਬ ਤੱਕ ਇੱਕ ਪਹੁੰਚ ਜਾਵੇ। ਵੀਰੋ ਅਤੇ ਭਰਾਓ, ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੁੰਦਾ ਹਾਂ ਕਿ ਜਿਵੇਂ ਕਿ ਇਨਸਾਨ ਦਾ ਦਾਰੂ ਆ, ਬੰਦਾ ਹੀ ਬੰਦੇ ਦਾ ਦਾਰੂ ਆ ਅਤੇ ਬੰਦਾ ਹੀ ਬੰਦੇ ਦਾ ਦੁਸ਼ਮਣ ਆ। ਜੇਕਰ ਮਿੱਠਾ ਬਣਿਆ ਤਾਂ ਮਿੱਠੇ ਦੇ ਨਾਲ ਜ਼ਹਿਰ ਵੀ ਬਣੀ ਹੋਈ ਆ। ਅਤੇ ਜਿਹੜੀ ਕਿ ਇੱਕ ਡਾਕਟਰ ਰੰਗਰੇਟਾ ਜਿਹੜਾ ਆ, ਉਹ ਸਾਡੇ ਪੰਜਾਬ ਦੇ ਵਿੱਚ ਸਿੱਖਾਂ ਅਤੇ ਮਜ਼ਹਬੀਆਂ ਸਿੰਘਾਂ ਦੇ ਵਿੱਚ ਇੱਕ ਜ਼ਹਿਰ ਦਾ ਬਾਟਾ ਘੋਲਣ ਡਿਆ ਆ, ਮਾਹੌਲ ਖਰਾਬ ਕਰਨ ਵਾਲੀਆਂ ਗੱਲਾਂ ਕਰ ਕਰਕੇ। ਜਿਵੇਂ ਕਿ ਉਹ ਬੜਾ ਕ੍ਰੋਧ ਦੇ ਵਿੱਚ ਬੋਲਦਾ ਆ, ਕਿੱਲ ਕਿੱਲ ਕੇ ਬੋਲਦਾ ਆ, ਬਹੁਤ ਸਾਰਾ ਜ਼ੋਰ ਲੱਗਦਾ ਉਹਦਾ ਥੱਲੇ ਤੱਕ, ਵੀ ਮੈਂ ਰੰਗਰੇਟਾ ਹਾਂ। ਮੈਂ ਇਹਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਆ ਜਾਂ ਬੱਚਾ ਆ ਜਾਂ ਪੁੱਤਰ ਆ, ਉਹਨਾਂ ਦੀ ਤਾਂ ਕੋਈ ਯਾਦ ਹੀ ਨਹੀਂ ਹੁੰਦੀ ਜਿਹੜਾ ਅੰਮ੍ਰਿਤ ਛਕ ਲੈਂਦਾ ਕਲਗੀਧਰ ਪਾਤਸ਼ਾਹ ਦਾ, ਅਤੇ ਤੂੰ ਉਹਨਾਂ ਹੀ ਰੰਗਰੇਟੇ ਹਾਂ, ਅਸੀਂ ਉਹ ਹਾਂ, ਜੇ ਹਾਂ, ਫਲਾਣ ਹਾਂ, ਅਸੀਂ ਸਿੰਘ ਹਾਂ ਗੁਰੂ ਦੇ, ਅਸੀਂ ਮਜ਼ਹਬੀ ਸਿੰਘਾਂ ਦੀ ਵੀ ਕਦਰ ਕਰਦੇ ਹਾਂ, ਜੱਟਾਂ ਦੀ, ਨਾਈਆਂ ਸਿੰਘਾਂ ਦੀ, ਛੀਂਬਿਆਂ ਸਿੰਘਾਂ ਦੀ, ਲੁਹਾਰਾਂ ਸਿੰਘਾਂ ਦੀ, ਸਾਰਿਆਂ ਦੀ ਅਸੀਂ ਕਦਰ ਕਰਦੇ ਹਾਂ, ਜੱਟਾਂ ਦੀ ਜਾਂ ਕੋਈ ਵੀ ਕਿਸੇ ਵੀ ਮਜ਼ਹਬ ਦਾ ਬੰਦਾ ਆ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੱਲੋਂ ਸਾਨੂੰ ਉਪਦੇਸ਼ ਆ ਕਿ ਅਸੀਂ ਹਰੇਕ ਬੰਦੇ ਦੀ ਸਹਾਇਤਾ ਕਰਨੀ ਆ, ਹਰੇਕ ਬੰਦੇ ਦੀ ਕਦਰ ਕਰਨੀ ਆ, ਹਰੇਕ ਧਰਮ ਦੀ ਅਸੀਂ ਕਦਰ ਕਰਨੀ ਆ, ਹਰੇਕ ਧਰਮ ਨੂੰ ਅਸੀਂ ਉੱਚਾ ਦੱਸਦੇ ਹਾਂ ਵੀ ਉੱਚਾ ਹੀ ਆ, ਅਤੇ ਸਾਡੇ ਗੁਰੂ ਗ੍ਰੰਥ ਸਾਹਿਬ ਤਾਂ ਤੁਹਾਨੂੰ ਪਤਾ ਹੀ ਆ ਉੱਚੇ ਆ। ਅਤੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੀ ਦੁਨੀਆ ਦੇ ਕਾਇਨਾਤ ਦੇ ਇੱਕ ਰਾਜੇ ਮਹਾਰਾਜੇ ਨੇ, ਜਿਹੜੇ ਕਿ ਇੱਕ ਬ੍ਰਹਿਮੰਡ ਦੇ ਵਿੱਚ ਸਾਰੀ ਪ੍ਰਿਥਵੀ ਦੇ ਵਿੱਚ ਉਹਨਾਂ ਦਾ ਨਾਮ ਦੇਵੀ ਦੇਵਤਾ ਅਤੇ ਆਲ ਸਿੱਖ ਹੋਰ ਵੀ ਧਰਮਾਂ ਦੇ ਲੋਕ ਨੇ ਜਿਹੜੇ ਕਿ ਸਿਮਰਨ ਕਰ ਕਰਕੇ ਆਪਣਾ ਭਲਾ ਆਪ ਕਰਦੇ ਆ। ਡਾਕਟਰ ਰੰਗਰੇਟੇ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਈ, ਤੂੰ ਇੱਕ ਅਲੋਕਾਰ ਦਾ ਬੰਦਾ ਆ, ਜਿਹੜਾ ਕਿ ਤੂੰ ਆਪਣੇ ਆਪ ਨੂੰ ਦੱਸਦਾ ਆ ਵੀ ਮੈਂ ਰੰਗਰੇਟਾ ਹਾਂ। ਤੂੰ ਇਹ ਦੱਸ ਵੀ ਤੇਰੀ ਪੰਥ ਨੂੰ ਕੀ ਅੱਜ ਤੱਕ ਦੇਣ ਆ। ਤੂੰ ਅੰਮ੍ਰਿਤ ਨਹੀਂ ਛਕਿਆ, ਕੋਈ ਬਾਣੀ ਬਾਣੇ ਦਾ ਧਾਰਨੀ ਨਹੀਂ ਗਾ, ਕੋਈ ਤੇਰੇ ਕੋਈ ਦਾੜੀ ਕੇਸ ਨਹੀਂ ਰੱਖਿਆ, ਤੂੰ ਦਾੜੀ ਤੂੰ ਕਾਟਵੀਂ ਰੱਖੀ ਆ, ਅਤੇ ਤੂੰ ਇਹਨਾਂ ਮੈਂ ਸਿੱਖ ਹਾਂ। ਸਿੱਖ ਬੰਦਾ ਇੱਦਾਂ ਨਹੀਂ ਬਣਦਾ ਵੀ ਕਦੀ ਕਿਸੇ ਦੀ ਬੇਇੱਜ਼ਤੀ ਕਰੀ ਜਾਣੀ, ਕਦੀ ਕਿਸੇ ਜੱਟ ਨੂੰ ਮਾੜਾ ਕਹੀ ਜਾਣਾ, ਕਦੀ ਕਿ ਖਾਲਸੇ ਨੂੰ ਕਹੇ ਕਿ ਗੁਰੂ ਨੂੰ ਬਦਨਾਮ ਕਰੀ ਜਾਣਾ, ਕਦੀ 40 ਮੁਕਤਿਆਂ ਨੂੰ ਮਾੜਾ ਚੰਗਾ ਬੋਲੀ ਜਾਣਾ, ਕਦੀ ਅਸੀਂ ਰੰਗਰੇਟੇ ਹਾਂ। ਉਹ ਜਿਹੜਾ ਰੰਗਰੇਟਾ ਸੀ ਨਾ ਗੁਰੂ ਦਾ ਖਾਲਸਾ, ਜਿਹੜਾ ਬਾਬਾ ਜੀਵਨ ਸਿੰਘ, ਬਾਬਾ ਜੈਤਾ ਜੀ, ਉਹਨਾਂ ਵਰਗੀ ਕੁਰਬਾਨੀ, ਉਹਨਾਂ ਵਰਗੇ ਬਣਨ ਲੱਗੇ, ਤੁਹਾਨੂੰ ਬੜੇ ਜਨਮ ਲੱਗਣੇ ਆ, ਬਹੁਤ ਹੀ ਜਨਮ ਲੱਗਣੇ ਆ। ਅਤੇ ਇਸ ਕਰਕੇ ਮੈਂ ਇਹਨਾਂ ਨੂੰ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਡਾਕਟਰ ਰੰਗਰੇਟੇ ਨੂੰ ਤੁਸੀਂ ਜਿੰਨਾ ਮਰਜ਼ੀ ਫੋਲੋ ਕਰੋ, ਜਿੰਨੇ ਮਰਜ਼ੀ ਤੁਸੀਂ ਉਹਦੇ ਪੇਜ ਦੇ ਨਾਲ ਜਾਂ ਉਹਦੇ ਆਪਣੇ ਯੂਟਿਊਬ ਨਾਲ, ਫੇਸਬੁੱਕ ਨਾਲ ਜੁੜੇ ਆ, ਪਰ ਡਾਕਟਰ ਰੰਗਰੇਟਾ ਇੱਕ ਹੰਕਾਰੀ ਪੁਰਸ਼ ਆ, ਜਿਹੜਾ ਇਹ ਨਹੀਂ ਵੇਖਣ ਡਿਆ ਕਿ ਸੰਗਤ ਦੇ ਵਿੱਚ ਪਿਆਰ ਮਿਠਾਸ ਰੱਖਣਾ ਹੀ। ਜਦੋਂ ਆਪਾਂ ਡਾਕਟਰ ਰੰਗਰੇਟੇ ਸਾਹਿਬ, ਜਦੋਂ ਆਪਾਂ ਇਹੋ ਜਿਹੇ ਕੰਮ ਕਰਨੇ ਆ ਨਾ, ਅਤੇ ਜਦੋਂ ਆਪਾਂ ਮਾੜਾ ਚੰਗਾ ਪੰਥ ਖਾਲਸੇ ਉੱਤੇ ਬੋਲਣਾ ਜਾਂ ਸਿੰਘਾਂ ਉੱਤੇ ਮਾੜਾ ਚੰਗਾ ਬੋਲਣਾ ਆ, ਅਤੇ ਇਹੋ ਜਿਹੀਆਂ ਬੋਲਤੀਆਂ ਦੇ ਵਿੱਚੋਂ ਕੀ ਪੈਦਾ ਹੁੰਦਾ ਆ, ਗੈਂਗਸਟਾਰ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੱਕ ਗੈਂਗਸਟਾਰ, ਕਿਉਂਕਿ ਆਪਾਂ ਆਪਣੇ ਦੁਸ਼ਮਣ ਆਪਾਂ ਬਣਾ ਲੈਂਦੇ ਹਾਂ। ਜਦੋਂ ਕਿਸੇ ਨੂੰ ਮਾੜਾ ਚੰਗਾ ਬੋਲਣਾ ਆ, ਅਗਲਾ ਅੱਜ ਕੱਲ੍ਹ ਕੋਈ ਨਹੀਂ ਜਰਦਾ ਜਦੋਂ ਮਾੜਾ ਚੰਗਾ ਕਿਸੇ ਦੇ ਖਿਲਾਫ਼ ਕੋਈ, ਹਾਂ ਇਹ ਗੱਲ ਮੰਨਦਾ ਆ ਕਿ ਜੇਕਰ ਕੋਈ ਗਲਤੀ ਪੰਥ ਦੇ ਵਿੱਚ ਕਰਦਾ ਆ ਜਾਂ ਕੋਈ ਕਿਸੇ ਦੇ ਖਿਲਾਫ਼ ਜ਼ਿਆਦਾ ਜ਼ਹਿਰ ਕੋ ਲੰਡਿਆ ਆ, ਤਾਂ ਉਹ 'ਤੇ ਵੀਡੀਓ ਪਾਓ, ਉਹ 'ਤੇ ਪੋਸਟ ਪਾਓ, ਆਪਣਾ ਫਰਜ਼ ਬਣਦਾ, ਆਪਣਾ ਹੱਕ ਬਣਦਾ ਵੀ ਭਾਈ ਤੂੰ ਮਾੜਾ ਕਿਉਂ ਕਹਿ ਰਿਹਾ ਆ। ਇਸੇ ਚੀਜ਼ ਦੇ ਖਾਤਰ ਲੱਖੇ ਸਿਧਾਣੇ ਨੇ ਇੰਨੀ ਗੱਲ ਕਹੀ ਸੀ। ਲੱਖੇ ਸਿਧਾਣੇ ਦੀ ਗੱਲ ਦਾ ਵੀ ਮੈਂ ਜਵਾਬ ਦਿੰਦਾ ਹਾਂ। ਲੱਖਾ ਸਿਧਾਣਾ ਸਟੇਜ 'ਤੇ ਚੜ੍ਹ ਕੇ
ਅਤੇ ਉਹਨੇ ਕਿਹਾ ਵੀ ਬਾਬਾ ਦੀਪ ਸਿੰਘ ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਸ਼ਹੀਦਾਂ ਦਾ ਸਿਰਤਾਜ ਉਹਨੂੰ ਕਿਹਾ ਕਿ ਇਹ ਮਜ਼੍ਹਬੀ ਸਿੱਖ ਆ ਅਤੇ ਹਰੀ ਸਿੰਘ ਨਲੂਆ ਨੂੰ ਵੀ ਕਿਹਾ ਇਹ ਮਜ਼੍ਹਬੀ ਸਿੱਖ ਆ ਅਤੇ ਮੈਂ ਚੇਚਾ ਇਸੇ ਪੇਜ ਉੱਤੇ ਵੀਡੀਓ ਪਈ ਆ ਜੁਰਤ ਸਿੰਘਾਂ ਦੇ ਪੇਜ 'ਤੇ ਮੈਂ ਚੇਚਾ ਬਾਬਾ ਦੀਪ ਸਿੰਘ ਦੇ ਪਿੰਡ ਜਾ ਕੇ ਉੱਥੇ ਇਤਿਹਾਸ ਪੜ੍ਹ ਕੇ ਆਇਆ ਉੱਥੇ ਸਾਰਿਆਂ ਨੂੰ ਮੈਂ ਪੁੱਛ ਕੇ ਆ ਵੀ ਬਾਬਾ ਦੀਪ ਸਿੰਘ ਜੀ ਕਿਹੜੀ ਕੌਮ ਦੇ ਸੀ ਉਹ ਕਿਹੜੀ ਜਾਤ ਦੇ ਸੀ ਤਾਂ ਉਹਨਾਂ ਨੇ ਕਿਹਾ ਵੀ ਜੱਟ ਸਿੱਖ ਆ ਅਤੇ ਬਾਬਾ ਦੀਪ ਸਿੰਘ ਇੱਕ ਜੱਟ ਆ ਅਤੇ ਹਰੀ ਸਿੰਘ ਨਲੂਆ ਵੀ ਜੱਟ ਆ ਅਤੇ ਬਾਬਾ ਦੀਪ ਸਿੰਘ ਦੀ ਹੈਗੀ ਆ ਕੁਲ ਸੰਧੂ ਕੁਲ ਦੇ ਵਿੱਚੋਂ ਹੋਏ ਆ ਬਾਬਾ ਦੀਪ ਸਿੰਘ ਅਤੇ ਇਹ ਕਿੱਦਾਂ ਕਹਿ ਰਹੇ ਆ ਵੀ ਇਹ ਮਜ਼੍ਹਬੀ ਸਿੰਘ ਆ ਉਹ ਜਦ ਤੁਸੀਂ ਪ੍ਰਚਾਰ ਕਰਨਾ ਆ ਕੋਈ ਪ੍ਰਚਾਰ ਦੁਨੀਆ ਦੇ ਉੱਤੇ ਉਹ ਪ੍ਰਚਾਰ ਕਰੋ ਜਿਹੜਾ ਕਿਸੇ ਦੇ ਧੀ ਭੈਣ ਦੀ ਕੋਈ ਇੱਜ਼ਤ ਬਚਦੀ ਹੋਵੇ ਕੋਈ ਧੀ ਭੈਣ ਦੇ ਵਾਸਤੇ ਕੋਈ ਸਾਰਿਆਂ ਵਾਸਤੇ ਕੋਈ ਗੱਲ ਸਾਂਝੀ ਹੋਵੇ ਇਹੋ ਜਿਹਾ ਪ੍ਰਚਾਰ ਕਰੋ ਤੁਸੀਂ ਇਹੋ ਜਿਹਾ ਪ੍ਰਚਾਰ ਨਾ ਕਰੋ ਵੱਡੇ ਤੁਸੀਂ ਇਤਿਹਾਸੀ ਬਣਦੇ ਮੈਂ ਡਾਕਟਰ ਨੂੰ ਕਹਿੰਦਾ ਵੀ ਵੱਡਾ ਤੂੰ ਇਤਿਹਾਸੀ ਬਣਦਾ ਅੰਮ੍ਰਿਤ ਤੂੰ ਛਕਿਆ ਨਹੀਂ ਗੱਲਾਂ ਕਰਦਾ ਤੂੰ ਪੰਥ ਦੇ ਵਿੱਚ ਤੂੰ ਮੈਨੂੰ ਇਹ ਗੱਲ ਦੱਸ ਤੂੰ ਸਾਡੀਆਂ ਗੱਲਾਂ ਛੱਡ ਤੂੰ ਮੈਨੂੰ ਇਹ ਦੱਸ ਕਿ ਜਿਹੜੇ ਤੁਹਾਡੇ ਕਈ ਮਜ਼੍ਹਬੀ ਸਿੰਘ ਆ ਉਹ ਈਸਾਈ ਧਰਮ ਕਿਉਂ ਅਪਣਾ ਰਹੇ ਆ ਕਿਉਂ ਅਪਣਾ ਰਹੇ ਆ ਉਹਨਾਂ ਦੇ ਉੱਤੇ ਵੀ ਕਦੀ ਵੀਡੀਓ ਪਾ ਲਿਆ ਕਰ ਜਿਹੜੇ ਈਸਾਈ ਧਰਮ ਅਪਣਾ ਰਹੇ ਆ ਸਾਡੇ ਮਜ਼੍ਹਬੀ ਸਿੰਘ ਵੀ ਭਰਾ ਸੀਂਬੇ ਸਿੰਘ ਭਰਾ ਤਰਖਾਣ ਸਿੰਘ ਭਰਾ ਸਾਡੇ ਸਾਰੇ ਭਰਾ ਅਸੀਂ ਸਾਰਿਆਂ ਨੂੰ ਆਪਣੇ ਵੀਰ ਭਰਾ ਮੰਨਦੇ ਹਾਂ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੋਤੇ ਹਾਂ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੰਸ ਬੰਸੇ ਅਸੀਂ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਕਿਸੇ ਵੀ ਧਰਮ ਪ੍ਰਤੀ ਕਿਸੇ ਵੀ ਜਾਤ ਪ੍ਰਤੀ ਕੋਈ ਈਰਖਾ ਵੈਰ ਵਿਰੁੱਧ ਅਸੀਂ ਕਰਦੇ ਨਹੀਂ ਗੇ ਹਾਂ ਇਹ ਵੀ ਗੱਲ ਤੁਸੀਂ ਆਉਂਦੇ ਆ ਨਿਹੰਗ ਸਿੰਘ ਆਪਣਿਆਂ ਮਤਲਬ ਸਾਨੂੰ ਇੱਦਾਂ ਦੱਸਦੇ ਆ ਸਾਨੂੰ ਮਾੜਾ ਚੰਗਾ ਆਉਂਦੇ ਆ ਉਹ ਤੁਸੀਂ ਤੁਹਾਨੂੰ ਮਾੜਾ ਚੰਗਾ ਕੋਈ ਨਹੀਂ ਆਉਂਦਾ ਜੇਕਰ ਬੰਦੇ ਦੀ ਰਹਿਤ ਜੇਕਰ ਬੰਦੇ ਦੀ ਰਹਿਤ ਮਰਿਆਦਾ ਕਾਮਯਾਬ ਆ ਨਾ ਤਾਂ ਬੰਦਾ ਕਿਤੇ ਵੀ ਫੇਲ ਨਹੀਂ ਗਾ ਜੇਕਰ ਆਪਣੇ ਖਾਣੇ ਵੱਖਰੇ ਜੇਕਰ ਆਪਾਂ ਬਾਣੇ ਵੱਖਰੇ ਜੇਕਰ ਮੂੰਹ ਦੀ ਬੋਲਤੀ ਵੱਖਰੀ ਅਤੇ ਜਦੋਂ ਕਿਸੇ ਆਪਣੇ ਕਿਸੇ ਦੇ ਖਿਲਾਫ ਆਪਾਂ ਜ਼ਹਿਰ ਉਗਲੀ ਜਾਣਾ ਜਦੋਂ ਕਿਸੇ ਦਾ ਇਤਿਹਾਸ ਦੇ ਬਾਰੇ ਆਪਾਂ ਨੂੰ ਪਤਾ ਨਹੀਂ ਕਿਸੇ ਦੀ ਲੱਤ ਫੜ ਲਈ ਕਿਸੇ ਦੀ ਬਾਂਹ ਫੜ ਲਈ ਇੰਗੜੀ ਪਤਿੰਗੜੀ ਕੜਿੰਗੜੀ ਕਰਕੇ ਤਾਂ ਤੁਸੀਂ ਬੋਲਦੇ ਹਾਂ ਪਹਿਲਾਂ ਇਤਿਹਾਸ ਦੀ ਪੂਰੀ ਜਾਣਕਾਰੀ ਲੈ ਲਓ ਮੈਂ ਇਹ ਤੁਹਾਨੂੰ ਡਾਕਟਰ ਸਾਹਿਬ ਕਹਿਣਾ ਚਾਹੁੰਦਾ ਹਾਂ ਜੇਕਰ ਤੂੰ ਰੱਬ ਦਾ ਪਿਆਰਾ ਜੇਕਰ ਤੂੰ ਰੱਬ ਨੂੰ ਮੰਨਣ ਵਾਲਾ ਤਾਂ ਤੈਨੂੰ ਸਾਰਿਆਂ ਦੇ ਅੰਦਰ ਰੱਬ ਵੇਖਣਾ ਚਾਹੀਦਾ ਮਾਈ ਭਾਈ ਸਾਧ ਸੰਗਤ ਜੀਵ ਜੰਤੂ ਪੇੜ ਪੌਦੇ ਧਰਤੀ ਸਾਰਿਆਂ ਦੇ ਵਿੱਚ ਰੱਬ ਨੂੰ ਵੇਖ ਰੱਬ ਨੂੰ ਵੇਖ ਕੇ ਆਪਣੇ ਅੰਦਰ ਝਾਤੀ ਮਾਰ ਕਿ ਮੈਂ ਕਿੰਨਾ ਕੁ ਚੰਗਾ ਹਾਂ ਜਦੋਂ ਮੈਂ ਲੱਭਣ ਜਾਈਏ ਨਾ ਵੀ ਮੈਂ ਚੰਗੇ ਲੱਭਣ ਜਾਣੇ ਚੰਗੇ ਲੱਭਣ ਜਾਣੇ ਚੰਗੇ ਨਹੀਂ ਲੱਭਣ ਜਾਣੇ ਆਪਣੇ ਅੰਦਰ ਚੰਗਿਆਈ ਕਰਕੇ ਵੇਖੋ ਸਵੇਰੇ ਉੱਠ ਕੇ ਬਾਣੀ ਪੜ੍ਹ ਸਾਰਿਆਂ ਦਾ ਭਲਾ ਮੰਗ ਸਾਰਿਆਂ ਨੇ ਤੈਨੂੰ ਚੰਗਾ ਸਲਾਉਣਾ ਜਦੋਂ ਤੂੰ ਮਾੜਾ ਬੋਲੇਂਗਾ ਤੇਰੇ ਉੱਤੇ ਤੂੰ ਈਰਖਾ ਕਰਨ ਡਿਆ ਕਿਸੇ ਦੇ ਨਾਲ ਤੂੰ ਇੰਨਾ ਕ੍ਰੋਧ ਦੇ ਨਾਲ ਭਰਿਆ ਇੰਨਾ ਤੂੰ ਗੁੱਸੇ ਨਾਲ ਭਰਿਆ ਕੱਲ੍ਹ ਨੂੰ ਜੇਕਰ ਤੇਰੇ ਉੱਤੇ ਕੋਈ ਖਾਲਸਾ ਵਰਸ ਗਿਆ ਤਾਂ ਮੁੜ ਕੇ ਟੀਕੇ ਲਾਉਣ ਤੋਂ ਵੀ ਜਾਏਗਾ ਹੁਣ ਮੈਂ ਪੜ੍ਹਾਂ ਆਪਣੇ ਵੀਰਾਂ ਦੇ ਕਮੈਂਟ ਪਰਮਿੰਦਰ ਸਿੰਘ ਰਾਈਟ ਜੀ ਸੁਰਿੰਦਰ ਸਿੰਘ ਮਹਿਮੀ ਸਹੀ ਗੱਲ ਬਾਬਾ ਜੀ ਲਾਲੀ ਤਰਨ ਤਾਰਨ ਰਾਈਟ ਜੀ ਲਾਲੀ ਤਰਨ ਤਾਰਨ ਸ਼ੇਅਰ ਜ਼ਰੂਰ ਕਰੋ ਹਾਂਜੀ ਲਾਲੀ ਤਰਨ ਤਾਰਨ ਡਾਕਟਰ ਜੱਟ ਜੱਟ ਹੀ ਕਰੀ ਜਾਂਦਾ ਅਮਨ ਔਲਖ ਬਾਬਾ ਜੀ ਵਧੀਆ ਗੱਲ ਆ ਜੀ ਸਾਰੇ ਹੀ ਇੱਕ ਆ ਉਹ ਵੀਰੋ ਨਾ ਕੋਈ ਮਜ਼੍ਹਬੀ ਸਿੰਘ ਨਾ ਕੋਈ ਲੁਹਾਰ ਸਿੰਘ ਨਾ ਕੋਈ ਜੱਟ ਸਿੱਖ ਇੱਥੇ ਕੋਈ ਨਹੀਂ ਗਾ ਸਾਰਿਆਂ ਦੇ ਅੰਦਰ ਐਡਾ ਦਿਲ ਧੜਕਣ ਡਿਆ ਆ ਐਡਾ ਦਿਲ ਧੜਕਣ ਡਿਆ ਆ ਅਤੇ ਸਾਰੇ ਬੰਦੇ ਮਰਦੇ ਆ ਅਤੇ ਸਾਰੇ ਬੰਦੇ ਜਿਉਂਦੇ ਆ ਸਾਰੇ ਬੰਦੇ ਜਨਮ ਲੈਂਦੇ ਆ ਸਾਰੇ ਬੰਦੇ ਖਾਂਦੇ ਪੀਂਦੇ ਆ ਸੌਂਦੇ ਉੱਠਦੇ ਬਹਿੰਦੇ ਆ ਸਾਰੀਆਂ ਹਰਕਤਾਂ ਆਪਾਂ ਇੱਕੋ ਜਿਹੀਆਂ ਕਰਦੇ ਹਾਂ ਤਾਂ ਤੁਸੀਂ ਯਾਰ ਜਾਤਾਂ ਨੂੰ ਲੈ ਕੇ ਬੈਠੇ ਉਹ ਦੁਨੀਆ ਚੰਦਰਮਾ 'ਤੇ ਪਹੁੰਚ ਗਈ ਅਤੇ ਸੂਰਜ 'ਤੇ ਪਹੁੰਚਣ ਵਾਲੀ ਬਣ ਰਹੀ ਆ ਅਤੇ ਤੁਸੀਂ ਜਾਤਾਂ 'ਚ ਫਸੇ ਹਾਂ ਅਸੀਂ ਜੱਟ ਹਾਂ ਜੀ ਅਸੀਂ ਮਜ਼੍ਹਬੀ ਹਾਂ ਜੀ ਅਸੀਂ ਰੰਗਰੇਟੇ ਹਾਂ ਜੀ ਉਹ ਰੰਗਰੇਟੇ ਵਰਗੇ ਬਣ ਕੇ ਵੇਖੋ ਰੰਗਰੇਟਾ ਗੁਰ ਕਾ ਬੇਟਾ ਗੁਰੂ ਗੋਬਿੰਦ ਸਿੰਘ ਨੇ ਆਪਣੀ ਛਾਤੀ ਦੇ ਨਾਲ ਰੰਗਰੇਟੇ ਨੂੰ ਲਾਇਆ ਸੀ ਕਿਉਂ ਲਾਇਆ ਸੀ ਉਹਨਾਂ ਨੇ ਉਹਨਾਂ ਦੇ ਬਾਪ ਦਾ ਸੀਸ ਜਿਹੜਾ ਪਵਿੱਤਰ ਸੀਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇੰਨੇ ਦੁੱਖਾਂ ਦੇ ਜੰਗਲਾਂ ਦੇ ਵਿੱਚ ਤਕਲੀਫਾਂ ਦੇ ਵਿੱਚ ਆਪਣੀ ਛਾਤੀ ਦੇ ਨਾਲ ਲਾ ਕੇ ਲਿਆਂਦਾ ਸੀ ਤਾਂ ਉਹਨੇ ਇਹ ਨਹੀਂ ਕਿਹਾ ਕਿ ਮੈਂ ਰੰਗਰੇਟਾ ਹਾਂ ਮੈਂ ਮਜ਼੍ਹਬੀ ਸਿੰਘ ਹਾਂ ਮੈਂ ਸਭ ਤੋਂ ਉੱਪਰ ਹਾਂ ਮੈਨੂੰ ਪਦਵੀਆਂ ਦਿਓ ਮੈਨੂੰ ਗੱਦੀਆਂ ਦਿਓ ਮੈਨੂੰ ਗੱਡੀਆਂ ਦਿਓ ਕਾਰਾਂ ਦਿਓ ਮੈਨੂੰ ਘੋੜੇ ਦਿਓ ਮੈਨੂੰ ਫੌਜਾਂ ਦਿਓ ਉਹਨੇ ਕਿਹਾ ਗੁਰੂ ਮਹਾਰਾਜ ਜੀ
ਇਹ ਸੇਵਾ ਤੁਸੀਂ ਆਪ ਕਰਾਈ ਆ। ਨਿਮਰਤਾ ਦੇ ਵਿੱਚ ਰੱਬ ਆ, ਇਹ ਭਲੇ ਪੁਰਸ਼ੋ, ਨਿਮਰਤਾ ਦੇ ਵਿੱਚ ਰੱਬ, ਨਿਮਰਤਾ ਦੇ ਵਿੱਚ ਪਰਮਾਤਮਾ ਦਿਖਦਾ ਆਪਾਂ ਨੂੰ। ਜਦੋਂ ਆਪਾਂ ਕਿਸੇ ਦੇ ਪ੍ਰਤੀਕ ਜ਼ਹਿਰ ਘੋਲ ਜਾਣਾ ਜੱਟਾਂ ਦੇ ਖਿਲਾਫ, ਉਹ ਜੱਟਾਂ ਨਾਲੋਂ ਤਾਂ ਜੱਟ ਪਤਾ ਕਿੰਨੇ ਦੁਖੀ ਆ, ਸਰਕਾਰ ਦੇ ਹੱਥੋਂ ਕਦੇ ਉਹਨਾਂ ਦੀ ਫਸਲਾਂ ਦਾ ਮੁੱਲ ਨਹੀਂ ਵਿਚਾਰਿਆਂ ਦਾ ਪੁੱਛ ਕੇ ਉਹ ਪੈਣ ਡਿਆ। ਉਹਨਾਂ ਨੇ ਕਿੰਨੀਆਂ ਖਾਦਾਂ ਅਤੇ ਕਿੰਨੀਆਂ ਸਪਰੇਵਾਂ ਅਤੇ ਕਿੰਨੀਆਂ ਦਵਾਈਆਂ ਨਾ ਉਹਨਾਂ ਨੇ ਪਾ ਪਾ ਕੇ ਤਾਂ ਪਾਲਣ ਡਏ ਫਸਲਾਂ ਨੂੰ, ਤਾਂ ਫੇ ਉਹਨਾਂ ਦੇ ਘਟਿਓਂ ਕੌਡੀ ਫਸਲਾਂ ਹੋਣ ਡੀਆਂ। ਜੱਟ ਯਾਰ ਕਿੰਨੇ ਕੁ ਸੁਖੀ ਆ, ਤੁਹਾਨੂੰ ਤੁਸੀਂ 5 ਫੁੱਟ ਦੇ ਆ, ਤੁਹਾਨੂੰ 5 ਫੁੱਟ ਦੇ ਭਰਤੀ ਪੁਲਿਸ ਝੱਟ ਕਰ ਲੈਂਦੀ ਆ, ਅਤੇ ਸਾਡੇ 6-6 ਮੁੰਡੇ ਜਿਹੜੇ ਫੁੱਟ ਦੇ ਆ ਉਹ ਰੁਲਦੇ ਫਿਰਨ ਡਏ ਆ। ਅਸੀਂ ਕਿਹੜੇ ਕਿਹਦੀ ਮਾਂ ਨੂੰ ਮਾਸੀ ਕਹੀਏ ਅਤੇ ਅਸੀਂ ਕਿਹਦੇ ਗੜ ਰੋਈਏ। ਇੱਥੇ ਕਰੋ ਗੱਲ, ਇੱਥੇ ਕਰੋ, ਕਿਤਾਬਾਂ ਫਰੀ, ਤੁਹਾਨੂੰ ਸਭ ਕੁਝ ਫਰੀ ਸਰਕਾਰ ਵੱਲੋਂ ਮਿਲਣ ਡਿਆ। ਅਜੇ ਵੀ ਤੁਸੀਂ ਆਹਨੇ ਵੀ ਅਸੀਂ ਰੰਗਰੇਟੇ, ਅਸੀਂ ਫਲਾਨ, ਅਸੀਂ ਢੀਂਗ ਆ। ਉਹ ਯਾਰ ਜੱਟ ਤੁਹਾਡੇ ਵੈਰੀ ਨਹੀਂ ਗੇ, ਜੱਟ ਅਨਾਜ ਪੈਦਾ ਕਰਕੇ ਦੇਣ ਡਿਆ ਸਾਰੀ ਧਰਤੀ ਨੂੰ। ਗੁਰਪ੍ਰੀਤ ਸਿੰਘ, ਸੱਚ ਕਿਹਾ ਵੀਰ ਜੀ, ਇਹ ਵੀਡੀਓ ਵੀਰੋ, ਭਰਾਓ, ਭੈਣੋ, ਮਾਓ, ਵੱਧ ਤੋਂ ਵੱਧ ਸ਼ੇਅਰ ਕਰਿਓ। ਇਹਦੇ ਵਿੱਚ ਕੋਈ ਵੀ ਕਿਸੇ ਜਾਤੀ ਵਾਲਾ ਹਿਸਾਬ ਨਹੀਂ। ਮਜ਼ਹਬੀ ਸਿੰਘਾਂ ਵੀਰਾਂ ਨੂੰ ਵੀ ਮੈਂ ਕਹਿੰਦਾ ਵੀ ਸ਼ੇਅਰ ਕਰਿਓ, ਅਤੇ ਜੱਟਾਂ ਸਿੱਖਾਂ ਨੂੰ ਵੀ ਕਹਿੰਦਾ ਵੀ ਸ਼ੇਅਰ ਕਰਿਓ। ਨਿਰਮਲ ਸਿੰਘ ਗੁੱਡ ਬਾਬਾ ਜੀ, ਸ਼ਰਨਜੀਤ ਸਿੰਘ ਸ਼ਰਨ, ਧੰਨਵਾਦ ਜੀ। ਚੜ੍ਹਦੀ ਕਲਾ, ਗੁਰੂ ਦੀ ਫੌਜ ਕਰੇਗੀ ਮੌਜ ਖਾਲਸਾ। ਜੈਕਾ ਸੁਖਜਿੰਦਰ ਸਿੰਘ ਅਟਵਾਲ, ਚੱਕ ਦੇ ਫੱਟੇ ਵੀਰ ਜੀ, ਹਾਂ ਜੀ, ਚੜ੍ਹਦੀ ਕਲਾ ਵੀਰੋ ਤੁਹਾਡੇ ਨਾਲ ਹੀ ਆ ਸਾਰਾ। ਹੁਣ ਅਸੀਂ ਹਾਂ, ਅਸੀਂ, ਮੈਂ ਆਪਣੀ ਆਪਣੀ ਗੱਲ ਕਰਦਾ, ਮੈਂ ਕਿਸੇ ਦੀ ਨਹੀਂ ਗੱਲ ਕਰਦਾ। ਮੈਂ ਆ ਨਾ, ਮੈਂ ਸਾਰਿਆਂ ਦੇ ਵਿੱਚ ਰੱਬ ਦਾ ਰੂਪ ਵੇਖਣਾ ਆ ਵੀ ਭਾਈ ਉਹ ਜਿਹੜਾ ਬੰਦਾ ਆ ਉਹ ਤਾਂ ਜੀਉ ਰਿਹਾ ਹੈ ਕਿਉਂਕਿ ਉਹਦੇ ਅੰਦਰ ਇੱਕ ਪਰਮਾਤਮਾ ਦੀ ਰੂਹ ਬੈਠੀ ਆ, ਇੱਕ ਪਰਮਾਤਮਾ ਦੀ ਜੋਤ ਬੈਠੀ ਆ। ਜੇ ਮੇਰੇ ਹੱਥ 'ਤੇ ਸੂਈ ਮਾਰਿਆ ਪੀੜ ਹੁੰਦੀ ਆ ਤਾਂ ਉਹਦੇ ਹੱਥ 'ਤੇ ਸੂਈ ਮਾਰਿਆ ਵੀ ਪੀੜ ਹੋਊਗੀ। ਜੇ ਮੈਨੂੰ ਭੁੱਖ ਲੱਗੀ ਆ ਤਾਂ ਉਹਨੂੰ ਵੀ ਭੁੱਖ ਲੱਗਦੀ ਆ। ਜੇ ਮੈਨੂੰ ਤੇਹ ਲੱਗਦੀ ਆ, ਪਿਆਸ ਲੱਗਦੀ ਆ, ਤਾਂ ਉਹਨੂੰ ਵੀ ਤੇਹ ਲੱਗਦੀ ਆ ਅਤੇ ਪਿਆਸ ਲੱਗਦੀ ਆ। ਤਾਂ ਫਿਰ ਉੱਥੇ ਜੱਟ ਮਜ਼ਹਬੀ ਸਿੰਘ ਕਿੱਥੋਂ ਆ ਗਏ? ਮਜ਼ਹਬੀ ਸਿੰਘ ਪਤਾ ਕੌਣ ਆ? ਜਿਹੜਾ ਆਪਣੇ ਮਜ਼ਹਬ ਦਾ ਪੱਕਾ ਹੋਵੇ, ਜਿਹੜਾ ਆਪਣੇ ਮਜ਼ਹਬ ਦਾ ਪੱਕਾ ਹੋਵੇ, ਆਪਣੇ ਗੁਰੂ 'ਤੇ ਪੱਕਾ ਹੋਵੇ, ਜਿਹੜਾ ਆਪਣੇ ਗੁਰੂ ਦਾ ਘਰ ਛੱਡ ਕੇ, ਗੁਰੂ ਦਾ ਦੁਆਰਾ ਛੱਡ ਕੇ, ਗੁਰੂ ਨੂੰ ਛੱਡ ਕੇ ਨਾ ਜਾਂਦਾ ਹੋਵੇ, ਉਹ ਹੋਵੇ। ਇਹ ਨਹੀਂ ਵੀ ਆਪਾਂ ਕਦੀ ਕਿਸੇ ਦੇ ਨਾਲ ਜਾ ਕੇ ਰਲ ਜਾਈਏ, ਚੱਲ ਉਹ ਧਰਮ ਵੇਖ ਲਈਏ, ਹੁਣ ਹਿੰਦੂਆਂ ਵੱਲ ਵੇਖ ਲਈਏ, ਹੁਣ ਮੁਸਲਮਾਨਾਂ ਵੱਲ ਚਲ ਜਾਈਏ, ਹੁਣ ਇੱਧਰ ਪੀਰਾਂ 'ਤੇ ਚਲ ਜਾਈਏ, ਹੁਣ ਇੱਧਰ ਪਖੰਡੀਆਂ 'ਤੇ ਚਲ ਜਾਈਏ, ਕਦੀ ਕਿਸੇ ਦੇ ਥਾਂ ਚਲ ਜਾਈਏ, ਕਦੇ ਕਿਸੇ ਦੇ ਥਾਂ ਚਲ ਜਾਈਏ। ਮੈਂ ਮਾੜਾ ਨਹੀਂ ਆ ਨਾ, ਮੈਂ ਆ ਨਾ ਵੀ ਆਪਣੇ ਗੁਰੂ 'ਤੇ ਪੱਕੇ ਰਹੋ ਬਣ ਕੇ, ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਹੀ ਪੱਕੇ। ਉਹਦੇ ਵਿੱਚ ਇਹ ਨਹੀਂ ਵੇਖਿਆ ਜਾਂਦਾ ਕਿ 5 ਪਿਆਰੇ ਜਦੋਂ ਸਾਜੇ ਸੀ, 5 ਪਿਆਰੇ ਵੱਖੋ ਵੱਖ ਧਰਮਾਂ ਦੇ ਸੀ, ਆਪਣੇ ਵੱਖੋ ਵੱਖ ਜਾਤਾਂ ਦੇ ਸੀ, ਤਾਂ ਉਹਨਾਂ ਨੇ ਸੀਸ ਕੱਟ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋੜ ਕੇ ਅੰਮ੍ਰਿਤ ਪਿਆ ਕੇ, ਛਕਾ ਕੇ ਅੰਮ੍ਰਿਤ, ਅਤੇ ਇੱਕ ਹੀ ਬਣਾ ਦਿੱਤਾ ਸੀ। ਉਹ ਡਾਕਟਰ ਸਾਹਿਬ ਕਿਹੜੇ ਭੁਲੇਖਿਆਂ 'ਚ ਫਿਰਨ ਡਏ ਆ? ਰੱਬ ਦਾ ਰੂਪ ਆ ਜਿਨ੍ਹਾਂ ਨੂੰ ਤੁਸੀਂ ਗੱਲਾਂ ਕਰਨ ਡਏ ਆ, ਜਿਨ੍ਹਾਂ ਨੂੰ ਤੁਸੀਂ ਮਾੜਾ ਚੰਗਾ ਕਹਿਣ ਡਏ ਆ, ਰੱਬ ਦਾ ਰੂਪ ਆ। ਰੱਬ ਮਹਾਰਾਜ ਆਪ ਸਾਰਾ ਕੁਛ ਕਰਨ ਡਏ ਆ, ਬੰਦਾ ਕੁਝ ਨਹੀਂ ਕਰਨ ਡਿਆ, ਸਾਰੇ ਰੱਬ ਦਾ ਰੂਪ ਆ। ਹਰੇਕ ਨੂੰ ਰੱਬ ਵਿੱਚ ਰੱਬ ਸਮਝੋ, ਹਰੇਕ ਦੇ ਅੰਦਰ ਆ। ਮਨੀ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਵੀਰਾਂ ਤੋਂ ਸਹੀ ਬੋਲਦਾ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਸੁਖਜਿੰਦਰ ਸਿੰਘ ਅਟਵਾਲ, ਗੁਰਿੰਦਰ, ਵਾਹਿਗੁਰੂ ਵਾਹਿਗੁਰੂ ਜੀ। ਬਲਜਿੰਦਰ ਸਿੰਘ ਵਿਰਕ, ਵਾਹਿਗੁਰੂ ਜੀ। ਪਰਮਿੰਦਰ RR, ਵੈਰੀ ਗੁੱਡ ਸਿੰਘ ਸਾਹਿਬ ਜੀ, ਆਪ ਦੀ ਬਹੁਤ ਚੜ੍ਹਦੀ ਕਲਾ। ਵੇਖੋ ਜੀ, ਜਿਹੜਾ ਕੋਈ ਸ਼ਿਵਜੀ ਨੂੰ ਮੰਨਦਾ ਸਾਨੂੰ ਉਹ ਵੀ ਬੜਾ ਅਸੀਂ ਉਹਦੇ ਵੱਲ ਵੇਖ ਕੇ ਖੁਸ਼ ਹਾਂ ਵੀ ਚਲੋ ਆਪਣੇ ਧਰਮ 'ਤੇ ਪੱਕਾ। ਜਿਹੜਾ ਕੋਈ ਮਾਤਾ ਨੂੰ ਮੰਨਦਾ ਉਹ ਵੀ ਸਾਨੂੰ ਪਤਾ ਵੀ ਹਿੰਦੂ ਵੀਰ ਆ, ਚੱਲ ਆਪਣਾ ਭਲਾ ਕਰ ਲੂਗਾ। ਭਰਾਓ ਆਪਣਾ ਭਲਾ ਕਰੋ ਯਾਰ, ਸਿੱਧੀ ਗੱਲ ਮੈਂ ਮੁੱਕਦੀ ਮਕਾਵਾਂ ਕਿ ਆਪੋ ਆਪਣੇ ਧਰਮ 'ਤੇ ਪੱਕੇ ਰਹੋ। ਜਿਹੜਾ ਜੇ ਤੁਸੀਂ ਹੁਣ ਮੈਂ 2 ਗੱਲਾਂ ਹੋਰ ਦੱਸਣੀਆਂ, ਸ਼ੇਅਰ ਜ਼ਰੂਰ ਕਰਨਾ ਵੀਡੀਓ। ਜੇਕਰ ਆਪਾਂ ਇੰਦਰ ਨੂੰ ਮੰਨਾਂਗੇ ਜਾਵਾਂਗੇ ਇੰਦਰਪੁਰੀ, ਸ਼ਿਵਜੀ ਨੂੰ ਮੰਨਾਂਗੇ ਸ਼ਿਵਪੁਰੀ, ਅਤੇ ਗੁਰੂ ਗੋਬਿੰਦ ਸਿੰਘ ਬਾਬੇ ਨਾਨਕ ਨੂੰ ਮੰਨਾਂਗੇ, ਉਹਨਾਂ ਦੇ ਬਚਨਾਂ ਨੂੰ ਮੰਨਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਾਂਗੇ, ਉਹ ਆਧਾਰ 'ਤੇ ਚੱਲਾਂਗੇ, ਤਾਂ ਫਿਰ ਸੱਚਖੰਡ 'ਤੇ ਫਿਰ ਪੱਕਾ ਹੀ ਆ। ਤਾਂ ਜੇਕਰ ਆਪਾਂ ਕਿੰਤੂ ਪਰੰਤੂ ਇਹਨਾਂ ਚੀਜ਼ਾਂ 'ਤੇ ਕਰਨਾ, ਤਾਂ ਫਿਰ ਨਹੀਂ ਕੁਛ ਵੀ ਬੰਦੇ ਨੇ ਤਰਨਾ। ਫਿਰ ਨਾ ਕਿਹੋ ਵੀ ਅਸੀਂ ਤਰੇ ਨਹੀਂ ਗੇ, ਅਤੇ ਹੁਣ ਇੱਕੋ ਮੌਕਾ ਤੁਹਾਨੂੰ ਮਿਲ ਗਿਆ ਆ, ਅਤੇ ਤਰੋ। ਪੰਜਾਬ ਦਾ ਮਾਹੌਲ ਬਿਲਕੁਲ ਨਾ ਖਰਾਬ ਕਰੋ,
ਗੁੰਡਾਗਰਦੀ ਬਿਲਕੁਲ ਨਾ ਪੈਦਾ ਕਰਿਓ, ਕਦੀ ਧਰਮਾਂ 'ਤੇ ਕਦੀ ਗੁਰੂਆਂ 'ਤੇ। ਉਹ ਗੁਰੂਆਂ ਦੀ ਕੋਈ ਜਾਤ ਨਹੀਂ ਹੈਗੀ, ਨਾ ਗੁਰੂਆਂ ਦੇ ਸਿੰਘਾਂ ਦੀ ਕੋਈ ਜਾਤ ਹੈਗੀ ਆ। ਆਹ ਉਂਗਲ ਕੱਟ ਕੇ ਵੇਖ ਲਓ, ਲਾਲ ਰੰਗ ਦਾ ਲਹੂ ਨਿਕਲਣਾ ਵਿੱਚੋਂ। ਅਤੇ ਜੇ ਮਜ਼੍ਹਬੀ ਸਿੰਘ ਦੀ ਉਂਗਲ 'ਤੇ ਕੱਟ ਕੇ ਵੇਖ ਲਓ, ਵਿੱਚੋਂ ਲਾਲ ਰੰਗ ਦਾ ਲਹੂ ਨਿਕਲਣਾ। ਜੱਟ ਦੀ ਉਂਗਲ ਕੱਟ ਕੇ ਵੇਖ ਲਓ, ਵਿੱਚੋਂ ਲਾਲ ਰੰਗ ਦਾ ਲਹੂ ਨਿਕਲਣਾ ਆ। ਅਤੇ ਵੀ ਹਰੇ ਰੰਗ ਦਾ, ਕਾਲੇ ਰੰਗ ਦਾ ਲਹੂ ਕਿਉਂ ਨਹੀਂ ਨਿਕਲਦਾ? ਸਾਰਿਆਂ 'ਚ ਵੱਖੋ ਵੱਖਰਾ ਕਿਉਂ ਨਿਕਲਦਾ ਲਹੂ? ਰੱਬ ਨੇ ਜਾਤਾਂ ਨਹੀਂ ਬਣਾਈਆਂ, ਜਾਤਾਂ ਇੱਥੇ ਬਣੀਆਂ ਆ। ਹੁਣ ਦੁਬਈ ਦੇ ਵਿੱਚ ਮੁੰਡੇ ਕੰਮ ਕਰਨ ਜਾਂਦੇ ਨਾ, ਤਾਂ ਉਸੇ ਹੀ ਵੇਖਿਆ ਬਾਹਰਲੀਆਂ ਕੰਟਰੀਆਂ ਦੇ, ਸਿੰਗਾਪੁਰ ਮੈਂ ਵੇਖਿਆ, ਮੈਂ ਰਿਹਾ ਸਿੰਗਾਪੁਰ, ਉੱਥੇ ਮੈਂ ਵੇਖਿਆ ਉੱਥੇ ਕਈ ਮਜ਼੍ਹਬੀ ਸਿੰਘਾਂ ਦੇ ਮੁੰਡੇ, ਕਈ ਤਰਖਾਣਾਂ ਦੇ, ਕਈ ਲੁਹਾਰਾ ਸਿੰਘਾਂ ਦੇ, ਕਈ ਛੀਂਬਿਆਂ ਦੇ, ਕਈ ਨਾਈਆਂ ਸਿੰਘਾਂ ਦੇ, ਉੱਥੇ ਸਾਰੇ। ਹੁਣ ਜਿੱਦਾਂ ਦਾ ਕੋਈ ਕਰਮ ਕਰਨ ਲੱਗਦਾ, ਲੱਗ ਪੈਂਦਾ, ਕੰਮ ਕਰਨ ਲੱਗ ਪੈਂਦਾ, ਉੱਦਾਂ ਦਾ ਹੀ ਉਹਨੂੰ ਉਹ ਜਾਤੀ ਬਰਾਦਰੀ ਉਹਦੀ ਬਣ ਜਾਂਦੀ ਆ। ਜਿੱਦਾਂ ਦਾ ਹੁਣ ਕੋਈ ਲੁਹਾਰ ਹੀ ਸੀ, ਉਹ ਲੋਹੇ ਦਾ ਕੰਮ ਕਰਨ ਲੱਗ ਪਿਆ, ਉਹਨੂੰ ਲੁਹਾਰ ਕਹਿਣ ਡੈ ਪਿਆ। ਜੇ ਕੋਈ ਖੇਤੀ ਕਰਨ ਡੈ ਪਿਆ, ਉਹਨੂੰ ਜੱਟ ਕਹਿਣ ਡੈ ਪਿਆ। ਅਤੇ ਜੇ ਕੋਈ ਦਿਹਾੜੀ ਦਾ ਪਾ ਕਰਦਾ ਆ, ਅੱਜ ਕੱਲ੍ਹ 'ਚ ਸਭ ਦਿਹਾੜੀ ਦਾ ਪੇ ਕਰਕੇ ਆਪਣਾ ਪਰਿਵਾਰ ਦਾ ਢਿੱਡ ਪਾਲਣ ਡਏ ਆ। ਕੋਈ ਰਾਜਾ ਨਹੀਂ ਆ। ਆਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਉਹ ਵੀ ਆਪਣੇ ਆਪ ਨੂੰ ਸਮਝੇ ਵੀ ਮੈਂ ਰਾਜਾ ਨਹੀਂ ਗਾ, ਕਿਉਂਕਿ ਉਹਨੇ ਵੀ ਇੱਕ ਦਿਨ ਇਸ ਜਹਾਨ ਨੂੰ ਛੱਡ ਕੇ ਜਾਣਾ। ਰਾਜਾ ਕੌਣ ਆ? ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਰਾਜਾ ਆ। ਅਤੇ ਜਿਹੜਾ ਉਹਨੂੰ ਮੰਨਦਾ ਆ ਅਤੇ ਉਹ ਰਾਜਾ ਆ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਈ। ਜਿੱਦਾਂ ਹਰੀ ਅਤੇ ਹਰੀ ਦਾ ਭਗਤ ਇੱਕ ਆ, ਅਤੇ ਹਰੀ ਦੇ ਭਗਤ ਜਿੱਦਾਂ ਸਮੁੰਦਰ ਦੇ 'ਚੋਂ ਲਹਿਰਾਂ ਉੱਠਦੀਆਂ ਨਾ, ਅਤੇ ਇੱਕਦਮ ਉੱਠ ਕੇ ਥਾਂ ਡਿੱਗਦੀਆਂ, ਅਤੇ ਇੱਦਾਂ ਹਰੀ ਦਾ ਭਗਤ ਅਤੇ ਹਰੀ, ਅਤੇ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਹੀ ਮਿਲ ਜਾਂਦੇ ਆ, ਨਾਮ ਭਗਤੀ ਜਪ ਕੇ। ਅਤੇ ਜੇਕਰ ਆਪਾਂ ਈਰਖਾ ਇਹੋ ਜਿਹੇ ਕੰਮ ਕਰਨੇ ਆ, ਤਾਂ ਫਿਰ ਵਾਰ ਵਾਰ ਜਨਮ ਲੈਣੇ ਪੈਣੇ ਆ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਫਿਰ ਅਵਤਾਰ ਧਾਰਨੇ ਪੈਣੇ ਆ। ਕਈ ਕਦੀ ਵਾਰ ਸਾਡੀ ਇਹ ਮਾਤਾ ਬਣ ਜਾਣੀ ਆ ਸਪਨੀ, ਕਈ ਵਾਰੀ ਮੱਝ ਦੇ ਪੇਟੋਂ ਜਨਮ ਲੈ ਲੈਣਾ, ਕਈ ਵਾਰ ਪਤੰਗੇ ਬਣ ਜਾਣਾ, ਕਈ ਕੀੜੇ ਬਣ ਜਾਣਾ। ਅਤੇ ਜੇਕਰ ਸਾਨੂੰ ਹੁਣ ਹੀ ਇੰਨਾ ਵਧੀਆ ਜਾਮਾ ਮਿਲਿਆ, ਤਾਂ ਫਿਰ ਅਸੀਂ ਆਪਣਾ ਕਿਉਂ ਨਹੀਂ ਸਵਾਰਦੇ? ਫਿਰ ਅਸੀਂ ਉਹ ਕਿਉਂ ਮਜ਼੍ਹਬੀ ਸਿੰਘ, ਕਿਉਂ ਜੱਟ ਸਿੱਖ, ਕਿਉਂ ਅਸੀਂ ਕਰੀ ਕਿਸੇ ਨੂੰ ਜਾਤ ਦੇ ਉੱਤੇ ਮਾੜਾ ਚੰਗਾ ਬੋਲਦੇ ਹਾਂ? ਡਾਕਟਰ ਸਾਹਿਬ, ਕੁਝ ਨਾ ਕੁਝ ਸੋਚੋ, ਸੋਚੋ, ਇੱਥੋਂ ਸੋਚੋ ਦਿਲੋਂ ਦਿਮਾਗੋਂ, ਵੀ ਇਹ ਸਭ ਇੱਕ ਹੈ, ਇਹ ਸਭ ਬ੍ਰਹਮ ਹੈ, ਸਭ ਕੁਝ ਬ੍ਰਹਮ ਦਿਖ ਬ੍ਰਹਮ ਹੀ ਦਿਖਣ ਡਿਆ ਆ, ਬ੍ਰਹਮ ਹੀ ਸਭ ਕੁਝ ਸੁਣ ਡਿਆ ਆ, ਬ੍ਰਹਮ ਹੀ ਸਭ ਕੁਝ ਕਰਨ ਡਿਆ ਆ। ਆਤਮਾ ਪਰਮਾਤਮਾ ਸਭ ਇੱਕ ਹੈ, ਇਹ ਹੈ ਆਤਮਾ, ਇਹ ਹੈ ਪਰਮਾਤਮਾ। ਇੱਦਾਂ ਕਰ ਲਈਏ ਤਾਂ ਮਿਲ ਜਾਂਦੇ ਆ, ਅਤੇ ਜੇਕਰ ਇੱਦਾਂ ਕਰਕੇ ਬਹਿ ਜਾਈਏ ਤਾਂ ਭਗਤੀ ਕਰ ਲਈਏ ਤਾਂ ਤਰ ਜਾਈਦਾ ਆ। ਅਤੇ ਬਾਕੀ ਤੁਸੀਂ ਫੌਜਾਂ ਨੂੰ, ਸਿੰਘਾਂ ਨੂੰ, ਨਿਹੰਗਾਂ ਸਿੰਘਾਂ ਨੂੰ, ਫੌਜਾਂ ਨੂੰ ਕੋਈ ਵੀ ਚੈਲੰਜ ਨਹੀਂ ਮਾੜਾ ਚੰਗਾ ਕਰਨਾ। ਜੇਕਰ ਚੈਲੰਜ ਕੀਤਾ ਤਾਂ ਫਿਰ ਕੰਮ ਖਰਾਬ ਹੋ ਜਾਂਦਾ ਆ। ਅਤੇ ਬਾਕੀ ਸਾਡੇ ਖਾਲਸਿਆਂ ਦੇ ਨਾਮ ਪਰਮਿੰਦਰ ਸਿੰਘ, ਦਿਲਬਾਗ, ਗੁਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਗੁਰਮਿੰਦਰ, ਗੁਰਮਿੰਦਰ ਬਹੁਤ ਵਧੀਆ ਵਿਚਾਰ ਜੀ। ਹਰਪ੍ਰੀਤ ਸਿੰਘ ਬਹੁਤ ਵਧੀਆ ਜੀ। ਜਿਹੜੇ ਵੀ ਮੇਰੇ ਵੀਰ ਅਮੈਰੀਕਾ ਵਿੱਚ, ਕਨੇਡਾ, ਨਿਊਜ਼ੀਲੈਂਡ, ਬਾਹਰਲੀਆਂ ਕੰਟਰੀਆਂ ਵਿੱਚ ਬੈਠੇ ਨੇ, ਉਹਨਾਂ ਦੇ ਪਰਿਵਾਰਾਂ ਉੱਤੇ ਗੁਰੂ ਸਾਹਿਬ ਕਿਰਪਾ ਕਰਨ, ਚੜ੍ਹਦੀ ਕਲਾ ਕਰਨ, ਦਸਵੇਂ ਪਾਤਸ਼ਾਹ ਮਜ਼੍ਹਬੀ ਸਿੰਘਾਂ ਉੱਤੇ ਵੀ ਚੜ੍ਹਦੀ ਕਲਾ ਕਰਨ, ਜੱਟਾਂ ਸਿੱਖਾਂ ਉੱਤੇ ਵੀ ਚੜ੍ਹਦੀਆਂ ਕਲਾ ਕਰਨ ਗੁਰੂ ਸਾਹਿਬ। ਅਤੇ ਹੋਰ ਵੀ ਆਪਣੇ ਲੁਹਾਰ, ਸਿੱਖ, ਛੀਂਬੇ, ਸਾਰੇ ਸਾਡੇ ਵੀਰ ਭਰਾ ਆ, ਸਾਡੇ ਸਾਰੇ, ਅਸੀਂ ਸਭ ਨੂੰ ਪ੍ਰੇਮ ਕਰਦੇ ਹਾਂ। ਅਸੀਂ ਇਨਸਾਨੀਅਤ ਦਾ ਭਲਾ ਚਾਹੁੰਦੇ ਹਾਂ, ਇਸ ਜੱਗ ਦੇ ਵਿੱਚ ਭਲਾ ਹਰੇਕ ਦਾ ਚਾਹੁੰਦੇ ਹਾਂ। ਸਾਡੇ ਵਾਸਤੇ ਅਸੀਂ ਅੰਮ੍ਰਿਤਧਾਰੀ ਹਾਂ, ਸਾਡੇ ਵਾਸਤੇ ਕੋਈ ਵੀ ਮਜ਼੍ਹਬੀ ਸਿੰਘ ਨਹੀਂ ਗੀ, ਕੋਈ ਜੱਟ ਨਹੀਂ ਗੀ, ਕੋਈ ਸਾਰੇ ਸਾਡੇ ਵੀਰ ਭਰਾ ਆ, ਅਸੀਂ ਸਾਰਿਆਂ ਨੂੰ ਪ੍ਰੇਮ ਕਰਦੇ ਹਾਂ। ਅਤੇ ਆਪਸ ਦੇ ਵਿੱਚ ਰਲ ਮਿਲ ਕੇ ਰਹੋ, ਅਤੇ ਈਰਖਾ ਭਾਵਨਾ ਦੁਵੈਸ਼ ਛੱਡੋ। ਅਤੇ ਜੇਕਰ ਇਤਿਹਾਸੀ ਡਾਕਟਰ ਸਾਹਿਬ ਤੂੰ ਬਣਨਾ ਨਾ, ਇਤਿਹਾਸਕਾਰ ਵੱਡਾ ਬਣਨਾ ਆ, ਤਾਂ ਫਿਰ ਆਹ ਕੰਨਾਂ ਦੇ ਵਿੱਚੋਂ ਜਿਹੜੀਆਂ ਟੂਟੀਆਂ ਜੀਆਂ ਲਾ ਕੇ ਧੜਕਣਾ ਚੈੱਕ ਕਰਦਾ, ਫਿਰ 2-4 ਸਾਲ ਲਾ ਕੇ ਇਤਿਹਾਸ ਹੀ ਪੜ੍ਹ ਲਾ, ਅਤੇ ਜਾ ਕੇ ਬਾਣੀ ਦੀ ਸੰਤਿਆ ਕਰ ਲਾ, ਤਾਂ ਫਿਰ ਜਾ ਕੇ ਇਹੋ ਜਿਹਾ ਇਤਿਹਾਸ ਕਾਇਮ ਕਰੀ। ਅਤੇ ਤੂੰ ਇਕੱਲਾ ਰੱਬ ਨਹੀਂ ਗਾ, ਕਿ ਜਿਹੜਾ ਤੂੰ ਕਦੀ ਕਿਸੇ ਦੇ ਬਾਰੇ ਬੋਲਦਾ, ਕਦੀ ਕਿਸੇ ਦੇ ਬਾਰੇ ਬੋਲਦਾ ਆ, ਜੱਟਾਂ ਦਾ ਤੈਨੂੰ ਅਜੇ ਫਿਰ ਪੂਰਾ ਪਤਾ ਨਹੀਂ ਗਾ। ਅਤੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਨਿਰਮਲ ਸਿੰਘ ਤਖਤੂਪੁਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਚੜ੍ਹਦੀ ਕਲਾ। ਜਸਪ੍ਰੀਤ ਸਿੰਘ ਟਿਵਾਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਸੀਂ ਲੇਟ ਹੀ ਆਉਂਦੇ ਲਾਈਵ ਦੇ ਵਿੱਚ, ਚਲੋ ਕੋਈ ਨਹੀਂ। ਅਤੇ ਹੁਣ ਬਾਕੀ ਇੰਨਾ ਬੜਾ ਆ,
ਵੀ ਡਾਕਟਰ ਸਾਹਿਬ ਪਹਿਲਾਂ ਘੋੜਿਆਂ ਦੀ ਲਿੱਦ ਸੁੱਟ ਕੇ ਵੇਖੋ ਪੰਥ ਦੇ ਵਿੱਚ, ਅਤੇ ਸੰਗਤ ਦੇ ਭਾਂਡੇ ਮਾਂਜ ਕੇ ਵੇਖੋ, ਸੰਗਤ ਦੇ ਜੋੜੇ ਝਾੜ ਕੇ ਵੇਖੋ ਪੰਥ ਦੇ ਵਿੱਚ, ਫਿਰ ਜਾ ਕੇ ਜਾਤਾਂ ਦੇ ਕਜਾਤਾਂ ਦੱਸਿਓ ਸਾਨੂੰ। ਅਸੀਂ ਨਹੀਂ ਜਾਤਾਂ ਜੁੱਤਾਂ ਮੰਨਦੇ, ਅਸੀਂ ਸਭ ਨੂੰ ਗੁਰੂ ਦੇ ਸਿੱਖ ਅਤੇ ਗੁਰੂ ਦੀਆਂ ਸਿੰਘਣੀਆਂ ਮੰਨਦੇ ਹਾਂ, ਅਤੇ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਜਿਹਦੇ ਨਾਲ ਮਾਹੌਲ ਖਰਾਬ ਹੋਵੇ। ਇਹ ਨਾ ਹੋਵੇ ਮੁੜ ਕੇ ਤੁਹਾਡੇ ਉੱਤੇ ਕੋਈ ਨਾ ਕੋਈ ਧਾਰਾ ਲੱਗੀ ਹੋਵੇ। ਅਤੇ ਮਜ਼੍ਹਬੀ ਸਿੰਘ ਸਾਡੇ ਭਰਾ ਵੀਰ, ਇਹਨਾਂ ਨੂੰ ਇਹਨਾਂ ਦਾ ਮਜ਼੍ਹਬੀ ਸਿੰਘ ਅਤੇ ਜੱਟ ਸਿੱਖ ਇਹ ਭਰਾ ਆ, ਅਤੇ ਇਹਨਾਂ ਨੇ ਭਰਾ ਹੀ ਰਹਿਣਾ ਅਤੇ ਸਦਾ ਏਕਾ ਇਹਨਾਂ ਦਾ ਰਹਿਣਾ ਆ, ਅਤੇ ਇਹਨਾਂ ਨੇ ਮੋਰਚੇ ਫਤਿਹ ਕਰਨੇ ਆ। ਜਿਹੜੇ ਅੱਗੇ ਮੋਰਚੇ ਅੜੇ ਆ ਨਾ ਜਿਹੜੇ ਕੋਈ, ਇਹ ਫਤਿਹ ਕਰਨੇ ਆ। ਅਤੇ ਬਾਬਾ ਦੀਪ ਸਿੰਘ ਅਤੇ ਬਾਬਾ ਹਰੀ ਸਿੰਘ ਨਲੂਆ ਇਹ ਸਭ ਜੱਟ ਆ, ਅਤੇ ਇਹਨਾਂ ਦੇ ਮੈਂ ਪਿੰਡ ਪਹੂ ਪਿੰਡ ਜਾ ਕੇ ਸਾਰੀ ਜਾਣਕਾਰੀ ਲੈ ਕੇ ਆਇਆ। ਮੈਂ ਸ਼ਾਇਦ ਮੈਂ ਨਾ ਕਿਤੇ ਇਤਿਹਾਸ ਤੋਂ ਕੁਰਵਾ ਰਹਿ ਜਾਵਾਂ, ਜਾ ਕੇ ਪੁੱਛ ਕੇ ਆਇਆ। ਅਤੇ ਜੇਕਰ ਕਿਸ ਚੀਜ਼ ਦਾ ਨਾਂ ਪਤਾ ਹੋਵੇ ਉਹ ਇਤਿਹਾਸ ਦੇ ਪਹਿਲਾਂ ਜਾਣੂ ਹੋ, ਤਾਂ ਫਿਰ ਜਾ ਕੇ ਆਪਣੇ ਵਿਚਾਰ ਸਾਂਝੇ ਕਰਿਆ ਕਰੋ। ਐਵੇਂ ਸੰਗਤ ਨੂੰ ਗੁੰਮਰਾਹ ਨਾ ਕਰਿਆ ਕਰੋ। ਯੂਟਿਊਬ ਉੱਤੇ, ਫੇਸਬੁੱਕ ਉੱਤੇ ਆਪਾਂ ਜਿਹੜੀ ਗੱਲ ਬੋਲ ਦਿੱਤੀ ਨਾ, ਇਹ ਮੁੜ ਕੇ ਆਪਾਂ ਨੂੰ ਪਛਤਾਉਣਾ ਪੈਂਦਾ ਆ, ਕਿਉਂਕਿ ਸਾਰੀਆਂ ਸਿੱਖ ਜਥੇਬੰਦੀਆਂ ਤੱਕ ਮੈਸੇਜ ਜਾਣਾ। ਜਦੋਂ ਆਪਾਂ ਗਲਤ ਮੈਸੇਜ ਪਹੁੰਚਾ ਦਿੱਤਾ ਨਾ, ਤਾਂ ਫਿਰ ਆਪਣੀ ਹੀ ਨੰਬਰ ਲੱਗਣੇ ਆ। ਸਿੱਧੀ ਗੱਲ ਧੰਨਵਾਦ। ਅਤੇ ਬਾਕੀ ਖੁਸ਼ ਰਹੋ, ਜਵਾਨੀਆਂ ਮਾਣੋ, ਨਾਮ ਜਪੋ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਰੋਜ਼ ਕਰੋ, ਅਤੇ ਗੁਰੂ ਸਾਹਿਬ ਦੇ ਬੱਚੇ ਬਣੋ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ। ਅਤੇ ਸਭ ਦਾ ਬਹੁਤ ਬਹੁਤ ਧੰਨਵਾਦ ਲਾਈਵ ਦੇ ਵਿੱਚ ਆਉਣ ਦਾ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਤੁਹਾਡਾ ਦਾਸ ਦੀਪ ਸਿੰਘ ਖਾਲਸਾ ਫਿਰ ਹਾਜ਼ਰ ਹੋਊਗਾ ਆਪਣੇ ਪੇਜ ਦੇ ਉੱਤੇ ਜੁਰਤ ਸਿੰਘਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।